हाय गाइस, वेलकम बैक टू न्यू व्लॉग। तो अज ना साढ़े पिंड मरग हो कल हुई सी मरग, तो जो अं वापस विआह ते आए, विआह तो आए ही तो तुहानू पता ही आ वह वाहवा बजुर्ग औरत की डैथ हुई आ। तो शायद लापरी ने कल तुहानू दस्या ही होवे, उन्हां दी उम्र सी शायद कोई 120 साल। ਵਲੌਗ ਵੀ ਪਾਇਆ ਹੋਇਆ ਵਾ, ਤੁਸੀਂ ਵੇਖਿਆ ਹੀ ਹੋਣਾ ਵਾ। ਨਾਪਰੀ ਨੇ ਹੁਣੇ ਫੋਨ ਲਾਇਆ, ਪ੍ਰੋਟੀਨ ਆਇਆ, ਪ੍ਰੋਟੀਨ ਔਡਰ ਕੀਤਾ ਸੀ ਜਿੰਮ ਲਈ, ਹੈ ਨਹੀਂ ਸੀ ਨਾ। ਅਤੇ ਆਪਾਂ ਇਹਨੂੰ ਓਪਨ ਕਰਦੇ ਹਾਂ, ਦੇਖਦੇ ਹਾਂ ਕਿਹੜਾ ਪ੍ਰੋਟੀਨ ਆ। ਆਹ ਜਿਹੜਾ ਮੰਗਾਇਆ ਸੀ ਪ੍ਰੋਟੀਨ ਸਪੈਸ਼ਲ ਜਿੰਮ ਲਈ। ਹੁਣ ਸ਼ਾਮ ਦਾ ਸਮਾਂ ਹੋ ਗਿਆ, ਹਨੇਰਾ ਹੋਣ ਵਾਲਾ ਹੀ ਆ ਥੋੜ੍ਹੇ ਚਿਰ ਨੂੰ। ਅਤੇ ਹੁਣ ਮੰਮੀ ਹੁਣੀ ਉੱਥੇ ਨਾ ਰੋਟੀਆਂ ਪਕਾਉਣ ਲੱਗੀਆਂ ਸਿੰਪਲ ਚੁੱਲ੍ਹਿਆਂ 'ਤੇ। ਇੱਥੇ ਬਹਿੰਦੇ ਹਾਂ, ਝਟਕ ਨਾਲੇ ਅੱਗ ਸੇਕਾਂਗੇ ਅਤੇ ਨਾਲੇ ਰੋਟੀਆਂ ਪੱਕਦੀਆਂ ਵੇਖਾਂਗੇ। ਗੱਤਿਆਂ ਨੂੰ ਅੱਗ ਹੀ ਬੜੀ ਛੇਤੀ ਲੱਗੀ, ਸਾਰੇ ਮੱਚ ਵੀ ਗਏ ਵਿੱਚ। ਨਹੀਂ ਅੱਗ ਵੱਡਾ, ਅੱਗ ਮੈਂ ਇੰਨੀ ਤੇਜ਼ ਬਾਲਤੀ ਆ, ਰੋਟੀ ਨਹੀਂ ਪਾਉਣ ਡਈ, ਪੂਰੀ ਲੋਹ ਬੀਬੀ ਤਪ ਗਈ ਆ, ਸਾਰੇ ਗੱਤੇ ਮੱਚ ਵੀ ਗਏ। ਕੜੇ ਪਾ ਦੇ, ਹਾਂ ਤੂੰ ਕੜੇ ਪਾ ਦੇ ਉੱਤੇ ਕਿ ਤੂੰ ਮੇਰਾ ਜੀ ਨਹੀਂ ਕਰਦਾ। ਬਲ ਬਲ ਗਏ ਆ, ਵੇਖ ਲਾ ਹੱਥ ਲਾ ਕੇ, ਲੋਹੀ ਠੰਡੀ ਆ। ਨਹੀਂ ਰਜੀ ਤਪ ਗਈ ਆ, ਮੈਨੂੰ ਪਤਾ ਕਿ ਤੈਨੂੰ ਮੈਂ ਪਾ ਕੇ ਵਿਖਾਉਣਾ ਜੇ ਪਾ ਕੇ ਖਰਾਬ ਹੋਣੀ, ਮੈਨੂੰ ਪਤਾ ਰੋਟੀ ਖਰਾਬ ਆਟਾ ਪਾਣਾ ਆਵੇ ਹਿੱਤਾਂ ਜਦੋਂ ਨਾ ਰੋਟਾ ਆਟਾ ਲਾਲ ਹੋਏ ਮੈਂ ਫੇ ਪਾਈ ਦੀ ਹੁੰਦੀ, ਵੇਖੀ ਇਹਨੂੰ ਕਿੰਨਾ ਵੇ ਕੇ ਟਾਈਮ। ਚਲ ਆਟਾ ਲਾਲ ਹੋਇਆ ਹੋਇਆ ਹੋਣਾ, ਇੰਨਾ ਹੀ ਹੋਇਆ ਵੇ। ਚਲੋ ਜੀ, ਗੱਤੇ ਤੇ ਸਾਰੇ ਮੱਚ ਗਏ। ਬੇਬੀ ਨੂੰ ਸ਼ਾਮ ਜੇ ਦੇ ਸਮੇਂ ਨਾ ਰੋਟੀਆਂ ਪਕਾਉਣ ਦਾ ਬਹੁਤ ਸ਼ੌਂਕ ਆ। ਮੇਰੇ ਪਿੱਛੇ ਲੱਗਾ ਹੋਇਆ ਕਦੋਂ ਦਾ, ਚਾਹ ਪੀ ਲਾ ਰਮਾਨ ਨਾ। ਇਸ ਗੁਰੂ ਨਾਨਕ ਦੇਵ ਜੀ ਦਾ ਅੱਜ ਜਨਮ ਦਿਹਾੜਾ ਵਾ, ਆਪਾਂ ਸਾਰੇ ਜਣੇ ਗੁਰਦੁਆਰੇ ਚੱਲਾਂਗੇ। ਤੇ ਚਲੋ ਅੱਜ ਵਾ ਗੁਰਪੁਰਬ, ਤੇ ਸਾਰਿਆਂ ਨੂੰ ਹੈਪੀ ਗੁਰਪੁਰਬ। ਅੱਜ ਆਪਾਂ ਲੈ ਕੇ ਆਵਾਂਗੇ ਕੋਈ ਪਟਾਕਾ, ਇੱਕ ਮੇਨ ਜਿਹੜਾ ਕਿ ਹਰ ਵਾਰੀ ਚਲਾਈਦਾ ਸ਼ਾਰਟ, ਵੇਖਾਂਗੇ ਸ਼ਾਰਟ ਵੱਡਾ ਚਲਾਵਾਂਗੇ, ਕੋਠੇ ਦੇ ਉੱਪਰ ਚੱਲ ਕੇ ਹੀ ਚਲਾਵਾਂਗੇ। ਇੱਥੇ ਬਹਿੰਦੇ ਹਾਂ ਥੋੜ੍ਹਾ ਚਿਰ ਧੁੱਪੇ, ਅਤੇ ਅਸੀਂ ਵੇਖਿਆ ਵਿਚਾਰੀ ਝੋਟੀ ਦੀ ਹਜੇ ਵੀ ਲੱਤ ਉੱਦਾਂ ਹੀ ਆ, ਉਹ ਵੇਖੋ ਵਿਚਾਰੀ ਨੇ ਲਾਗੇ ਜੇ ਕਰਕੇ ਰੱਖੀ ਹੋਈ ਆ। ਆਹ ਦੇਖੋ ਇਹਦੀ ਨਾ ਲੱਤ ਇੱਦਾਂ ਹੀ ਆ, ਹਜੇ ਵੀ ਸੈੱਟ ਜੀ ਨਹੀਂ ਹੋਈ, ਆਪਦੇ ਕੋਲੇ 'ਚ ਰੱਖੀ ਹੋਈ ਇਹਨੇ, ਅਤੇ ਹੁਣ ਇਹਦੀ ਵਿਖਾਲਣੀ ਆ ਅਸੀਂ। ਅਤੇ ਚਲੋ ਇੱਥੇ ਹੀ ਬਹਿੰਦੇ ਅਸੀਂ ਵੀ ਇਹਨਾਂ ਦੇ ਕੋਲੇ ਹੀ, ਇੱਥੇ ਧੁੱਪੇ ਮੰਜਾ ਡਾਉਣੇ ਆ ਅਤੇ ਮਜ਼ੇ ਲੈਂਦੇ, ਧੁੱਪ ਸੇਕਦੇ ਹਾਂ, ਠੰਡ ਜੀ ਲੱਗਦੀ ਪਈ। ਹੁਣ ਅਸੀਂ ਖਾਣ ਲੱਗੇ ਹਾਂ ਡਾਇਟ, ਵੇਖੋ ਚਣੇ ਇਹਨਾਂ ਨੂੰ ਅਸੀਂ ਉਹ ਕਰ ਲਿਆ ਵਾ, ਹੁਣ ਉਬਾਲ ਕੇ ਲੈ ਆਉਂਦੇ ਆ, ਪਹਿਲਾਂ ਰਾਤ ਭੇਵੇਂ ਸੀ, ਬਾਅਦ 'ਚ ਉਬਾਲ ਲਏ ਸੀਗੇ। ਇਹ ਤਿੰਨਾਂ ਜਾਣਿਆਂ ਦੇ ਆ ਸਾਡੇ, ਅਤੇ ਆਹ ਵਾ ਟਮਾਟਰ ਅਤੇ ਨਾਲ ਗੰਢਾ ਲਾਵਾਂਗੇ। ਖੀਰਾ ਨਹੀਂ ਹੈਗਾ, ਇਕੱਲਾ ਟਮਾਟਰ ਹੀ ਆ। ਓਹੋ, ਸਾਨੂੰ ਇਕੱਲੇ ਟਮਾਟਰ ਨਹੀਂ ਲੱਗਦਾ ਖਾਣੀ ਪੈਣੀ, ਖੀਰਾ ਨਹੀਂ ਹੈਗਾ, ਗੰਢਾ ਲਿਆ ਫਿਰ। ਦੇਖੋ ਇਹਨੂੰ ਰਲਾ ਲਿਆ, ਇਹਨੂੰ ਐਨ ਚੰਗੀ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਰਲਾ ਕੇ ਪੂਰਾ ਸਵਾਦਿਸ਼ਟ ਬਣਾ ਦੇਣਾ। ਇਹਦੇ ਵਿੱਚ ਲੂਣ ਵੀ ਪਾ ਲਿਆ, ਟਮਾਟਰ ਵੀ ਪਾਤਾ, ਗੰਢੇ ਵੀ ਪਾਤੇ, ਅਤੇ ਹੁਣ ਇਹਨੂੰ ਖਾਣ ਦਾ ਸਵਾਦ ਲੈਂਦੇ ਹਾਂ। ਰੋਸਕੋ ਸਾਡੇ ਵੱਲ ਵੇਖਦਾ ਪਿਆ ਵੀ ਮੈਨੂੰ ਵੀ ਦੇ ਦਿਓ, ਰੁਕੋ ਜਰਾ ਸਬਰ ਕਰੋ, ਤੈਨੂੰ ਵੀ ਥੋੜ੍ਹਾ ਪਾ ਦਾਂਗੇ, ਪਰ ਇਹ ਚੀਜ਼ ਇਹਨੇ ਖਾਣੀ ਨਹੀਂ ਆ। ਆ ਨਾ ਹੁਣ ਸਾਡੇ ਕੋਲ ਖਾਧੇ ਨਹੀਂ ਜਾਣ ਡੇ, ਅਤੇ ਹੁਣ ਧੱਕੇ ਨਾ ਧੱਕਣ ਡਿਆ ਮੂੰਹ 'ਚ। ਛੋਲੇ ਹੁਣ ਨਹੀਂ ਖਾਧੇ ਜਾਂਦੇ, ਬੜੇ ਔਖੇ ਖਾਣੇ, ਅਤੇ ਹੁਣ ਵੇਖੋ ਆ ਇੰਨੇ ਕੁ ਰਹਿ ਗਏ, ਇੱਧਰ ਇੰਨੇ ਕਿੱਧਰ ਰਹਿ ਗਏ, ਅਤੇ ਇੱਕ ਦੂਜੇ ਦੇ ਮੂੰਹ 'ਚ ਧੱਕੀ ਜਾਂਦੇ ਵੀ ਖਾ ਖਾ। ਨਾਲਕਾ ਲੈ ਆਓ ਨਾਲਕਾ, ਨਾਲਕੇ ਨਾ ਧੱਕਦੇ ਅੰਦਰ, ਤੂੰ ਖਾ ਲਾ। ਇਹ ਵੇਂਹਦਾ ਪਿਆ ਸੀ ਉਦੋਂ ਵੀ ਖਰੇ ਕੀ ਖਾਂਦੇ ਪਏ ਆ, ਤੈਨੂੰ ਵੀ ਸਵਾਦ ਵਿਖਾ ਦੇਗੀ, ਬੜਾ ਰੌਲਾ ਪਾਇਆ ਸੀ ਇਹਨੇ, ਖਾ ਲਾ। ਲੈ ਇਹਨੂੰ ਪਾ ਦਿਓ ਬੱਚੇ, ਆਵੇ ਖਾ ਗਿਆ, ਲੈ ਸਵਾਦ ਹੀ। ਹੁਣ ਰੋਸਕੋ ਵੀ ਪ੍ਰੋਟੀਨ ਵਾਲੀ ਡਾਇਟ ਖਾਊਗਾ, ਉਹਨੇ ਡੋਲ ਲੈਣਾ ਪੰਜਾ ਮਾਰ ਕੇ ਗਾਂ ਕਰਦੇ। ਨਹੀਂ ਨਹੀਂ ਨਹੀਂ, ਉਹਨੂੰ ਇੰਨੀ ਆਦਤ ਸਿਖਾਈ ਹੋਈ, ਤੈਨੂੰ ਪਤਾ ਹੀ ਆ। ਰੁਕੋ ਜਰਾ ਸਬਰ ਕਰੋ, ਸਬਰ ਕਰੋ। ਹਾਂ ਖਾਲਾ ਖਾਲਾ, ਹੁਣ ਖਾਲਾ ਭਰਾਵਾ ਮੇਰੇ ਵੱਲ ਕਿਵੇਂ ਨਾ। ਅਸੀਂ ਡੈਡੀ ਹੁਣਾਂ ਨੂੰ ਲੈ ਕੇ ਚੱਲੇ ਹਾਂ, ਸ਼ੱਕਰ ਪਾਰੇ ਜੋ ਕਿ ਅਸੀਂ ਵਿਆਹ ਤੋਂ ਲੈ ਕੇ ਆਏ ਸੀਗੇ, ਅਤੇ ਨਾਲ ਲੱਡੂ ਆ, ਅਤੇ ਸਵਾਦ ਲੱਗੂ। ਡੈਡੀ ਹੁਣੀ ਪੁੱਲ 'ਤੇ ਆ ਕੰਮ ਕਰਦੇ ਪਏ, ਅਤੇ ਆਪਾਂ ਸਮਾਨ ਖਾਣ ਪੀਣ ਲਈ ਲੈ ਜਾਈਏ, ਪਾਲਾ ਲਫਾਫੇ 'ਚ ਚਾਹ ਵੀ ਨਾਲ ਲੈ ਜਾਂਦੇ ਹਾਂ। ਹੁਣੇ ਹੁਣੇ ਖਬਰ ਆਈ ਆ ਕਿ ਕਾਨੂੰਨ ਵੀ ਰੱਦ ਹੋ ਗਿਆ, ਮੈਂ ਖਬਰ ਵੇਖੀ ਯੂਟਿਊਬ 'ਤੇ, ਡੈਡੀ ਹੁਣਾਂ ਨੂੰ ਵੀ ਦੱਸਾਂਗੇ ਕਿ ਕਾਨੂੰਨ ਰੱਦ ਹੋ ਗਏ। ਡੈਡੀ ਹੁਣਾਂ ਨਹੀਂ ਪਤਾ ਹੋਣਾ ਉੱਥੇ, ਅਤੇ ਵੇਖੋ ਡੈਡੀ ਹੁਣਾਂ ਦੀ ਖੁਸ਼ੀ ਕਿੰਨੀ ਹੁੰਦੀ। ਦੇਖੋ ਕਿੰਨਾ ਚਿਰ ਹੋ ਗਿਆ ਬੈਠੇ ਕਿਸਾਨਾਂ ਨੂੰ ਉੱਥੇ, ਅਸੀਂ ਵੀ ਗਏ ਸੀ, ਸਾਨੂੰ ਪਤਾ ਸੀ ਕਿੰਨਾ ਚਿਰ ਹੋ ਗਿਆ ਸਾਨੂੰ ਗਿਆ ਨੂੰ, ਮੇਰੇ ਹਿਸਾਬ ਨਾਲ ਸਾਲ ਹੋ ਗਿਆ ਸ਼ਾਇਦ ਉੱਥੇ ਗਿਆ ਨੂੰ ਸਾਨੂੰ। ਅਤੇ ਉਸ ਤੋਂ ਬਾਅਦ ਡੈਡੀ ਹੁਣੀ ਵੀ 2-3 ਵਾਰੀ ਜਾ ਆਏ ਆ, ਅਤੇ ਅਸੀਂ ਕਾਫੀ ਚਿਰ ਉੱਥੇ ਲਾ ਕੇ ਆਏ ਸੀ, ਅਤੇ ਹੁਣ ਰੱਦ ਹੋਏ ਆ। ਅਤੇ ਚਲੋ ਚੱਲਦੇ ਹਾਂ ਡੈਡੀ ਉਹਨਾਂ ਦੀ ਚਾਹ ਲੈ ਕੇ, ਅਤੇ ਉੱਥੇ ਦੇਖਦੇ ਹਾਂ ਡੈਡੀ ਉਹਨਾਂ ਦਾ ਕੀ ਰਿਐਕਸ਼ਨ ਆਉਂਦਾ ਕਾਨੂੰਨ ਰੱਦ ਹੋ ਗਿਆ। ਕਾਨੂੰਨ ਰੱਦ ਹੋ ਗਏ, ਤੈਨੂੰ ਕਿਹਨੇ ਦੱਸਿਆ? ਫੋਨ ਵੀ ਆ ਗਿਆ, ਆਹੋ ਮੋਦੀ।
ਸ਼ਰਧਾ ਬਾਅਦ ਹੋ ਗਈ ਦੇਖਿਆ ਮੰਨੀ ਪੀ ਕੇ ਹਾਂ ਕਹਿੰਦਾ ਮੈਂ ਤਾਂ ਉਹ ਕਰ ਦੂੰ ਜੋ ਕਰ ਦੂੰ ਫੱਟੇ ਚੱਕਤੇ ਕਿਸਾਨਾਂ ਨੇ ਹਾਂ ਯਾਰ ਜੁਲੀਆਂ ਵਕਾਤੀਆਂ ਕੰਜਰ ਦੀਆਂ ਏਦਾਂ ਹੁੰਦੀ ਹੁੰਦੀ ਆ ਬਲ ਏਕਤੇ ਚ ਬਲ ਹੈ ਹੈਂ ਏਕਤੇ ਚ ਬਲ ਹੁੰਦਾ ਕਿਸਾਨ ਰਲ ਗਿਆ ਇਕੱਠੇ ਹੋ ਗਏ ਉਹਦੀਆਂ ਘੱਗਰੀ ਚੱਕਦੀ ਕਿ ਨਹੀਂ ਹੁਣ ਹੁਣ ਵਾਪਸ ਆ ਜਾਣਗੇ ਸਾਰੇ ਕਾਨੂੰਨ ਰੱਦ ਹੋ ਗਏ ਮੈਂ ਕਿਹਾ ਹੁਣ ਵਾਪਸ ਆ ਜਾਣਗੇ ਸਾਰੇ ਕਾਨੂੰਨ ਪਾਸ ਕਰਕੇ ਪਿਆ ਵੀ ਰੱਦ ਕਰਤੇ ਤੋਹਫਾ ਕਾਹਦਾ ਹੈ ਤੇਲ ਵਧਾ ਕੇ ਘਟਾ ਕੇ ਕਹਿੰਦਾ ਤੋਹਫਾ ਦਿੱਤਾ ਤੈਨੂੰ ਕਿਸਾਨੋਂ ਆਪ ਹੀ 50 ਰੁਪਏ ਵਧਾ ਕੇ ਤੇ ਮੁੜ ਕੇ ਸਾਨੂੰ ਤੋਹਫਾ ਦਿੱਤਾ ਬੜਾ ਵਧੀਆ ਕੰਮ ਕੀਤਾ ਇਹੋ ਜਿਹਾ ਕਦੇ ਇੱਕ ਦੋ ਹੋਰ ਪ੍ਰਧਾਨ ਜੰਮ ਗਏ ਕਿਸਾਨ ਖਤਮ ਪਰ ਇਹ ਜੰਮਣਾ ਕਿ ਉੱਗੋ ਦਾ ਵੀ ਨਹੀਂ ਹੋ ਇਸ ਤੋਂ ਅੱਗੇ ਬਸ ਚੱਲ ਬਈ ਪੀਓ ਚਾਹ ਚੂ ਡੈਡੀ ਹੁਣੀ ਬਹੁਤ ਜਿਆਦਾ ਖੁਸ਼ ਹੋ ਗਿਆ ਤੇ ਟਰੈਕਟਰ ਤੇਜ਼ ਭਜਾਉਣ ਲੱਗ ਪਿਆ ਹੁਣ ਪਹਿਲਾਂ ਰੇਸ ਘੱਟ ਹੀ ਹੁਣ ਵੱਧ ਗਈ ਆ ਹਲ ਮਾਰ ਕੇ ਛੱਡ ਦਿੰਦੇ ਬਾਕੀ ਕੱਲ ਕਰਾਂਗੇ ਅੱਜ ਤਾਂ ਦਿਨ ਵੇਸਟ ਨੀ ਕਰ ਉਧਰ ਅੱਧਾ ਛੱਡ ਦੇਣਾ ਆਹ ਹੀ ਵਾਹਣਾ ਖੁਸ਼ੀ ਵੇਖੋ ਮੰਮੀ ਖੁਸ਼ੀ ਹੁੰਦੀ ਪਈ ਕਿ ਨਹੀਂ ਮੋਦੀ ਉਹਦੇ ਸੰਗ ਚ ਕੋ ਫਸ ਗਿਆ ਖੁਸ਼ੀ ਚ ਵਾ ਆਪਣੇ ਘਰੇ ਤਾਏ ਦਾ ਮੁੰਡਾ ਇਹ ਕਹਿੰਦਾ ਅਸੀਂ ਮੈਂ ਤੁਹਾਡੇ ਕੋਲ ਜਾਣਾ ਪਟਾਕੇ ਚਲਾਵਾਂਗੇ ਰਾਤ ਨੂੰ ਤੇ ਤਾਂ ਆਇਆ ਵਾ ਹੁਣ ਰੋਣਾ ਨੀ ਗਾ ਚੰਗਾ ਫੇਰ ਚਲਾਵਾਂਗੇ ਉਹ ਕਹਿੰਦਾ ਮੈਨੂੰ ਛੱਡ ਕੇ ਵੀ ਆਓ ਹੁਣੇ ਲੈ ਕੇ ਆਈ ਤੇ ਇੱਥੇ ਹੁਣ ਵੇਖੋ ਚੱਕਰੀ ਚਲਾ ਵੀ ਦੇਣ ਲੱਗਾ ਲਓ ਜੀ ਪੈ ਪੈ ਸਾਡੇ ਪਟਾਕੇ ਸਾਰੇ ਮਿਸ ਹੋ ਗਏ ਚੱਲਿਆ ਹੀ ਨਹੀਂ ਇਹ ਹੁਣ ਅਸੀਂ ਅਗਲੀ ਟਰਾਈ ਕਰਨ ਲੱਗੇ ਹਾਂ ਉਹ ਤਾਂ ਨਹੀਂ ਚੱਲੀ ਚੱਲ ਪਾ ਪੁੱਠੀ ਸੱਚ ਪਰ ਲਾਪਰੀ ਮੈਨੂੰ ਪਤਾ ਲੱਗ ਗਿਆ ਬੇਸਟ ਆ ਰਾਤ ਨੂੰ ਭੋਲਾ ਨੀ ਮਜ਼ਾ ਨੀ ਨਾ ਆਇਆ ਹੈ ਆਇਆ ਕਿਹੜਾ ਕਿਹੜੀ ਕਿਹੜੀ ਚੱਕਰੀ ਚਲਾਉਣੀ ਸਿਟੀ ਵਾਲੀ ਵੇਖ ਲਾ ਕਿਹੜੀ ਚਲਾਉਣੀ ਆ ਬੰਬਾ ਵੱਡਾ ਹਾਂ ਜਿਹੜਾ ਤੇਰੇ ਸਿਰ ਤੇ ਇੱਕ ਆਲੂ ਬੰਬ ਉਹ ਹੀ ਇਹਦੇ ਚ ਆਲੂ ਬੰਬ ਪੁੱਲ ਚੜੀਆਂ ਵਾ ਇਹ ਹਾਂ ਇਹ ਕੱਪੜੇ ਨਿਕਲੇ ਵਿੱਚੋਂ ਇਹ ਅਸੀਂ ਨੀ ਰੱਖੇ ਦੁਕਾਨ ਵਾਲਿਆਂ ਨੇ ਪਾਤੇ ਆ ਤੇ ਹੋਰ ਕਿਹੜੇ ਚਲਾਉਣੇ ਨਾਰ ਭਾਰੇ ਬੜੇ ਡਿੱਗ ਪਿਆ ਹਾਂ ਨਾਰ ਚਲਾਉਣਾ ਨਾਰ ਉਹ ਯਾਰ ਆ ਕਰੀ ਕੀ ਅੰਦਾ ਇਹ ਕੀ ਆ ਖਾਲੀ ਡੱਬਾ ਇਹ ਕੀ ਆ ਭਰਾਵਾ ਦੇ ਇਧਰ ਚੱਕਰੀਆਂ ਚਲੋ ਫਿਰ ਵੇਖਦੇ ਹਾਂ ਉਹ ਚਲਾਉਣ ਲੱਗਾ ਆ ਫੜ ਲਾ ਪਟਾਕੇ ਫੜ ਲਾ ਕਰਕੇ ਮੈਨੂੰ ਫੜਾਈ ਇੱਕ ਇੱਕ ਫੜ ਕੇ ਫੜਾਈ ਜਾਈ ਫਿਰ ਚਲਾਵਾਂਗੇ ਯਾਰ ਵੈਸੇ ਨਾ ਇਹ ਇਸ ਟਾਈਮ ਮਜ਼ਾ ਨਹੀਂ ਆਉਂਦਾ ਹੈਗਾ ਕਿਉਂਕਿ ਰੰਗੀਨ ਨਹੀਂ ਨਾ ਦੇਖਦੇ ਹਨੇਰੇ 'ਚ ਦਿਖਣੇ ਆ ਹਨੇਰੇ 'ਚ ਦਿਖਣੇ ਇਸ ਟਾਈਮ ਤਾਂ ਧੂੰਆਂ ਹੀ ਦੇਖਦਾ ਬਸ ਬੰਬ ਨਾ ਇੱਥੇ ਚਲਾ ਓਏ ਬੰਬ ਓਏ ਬੰਬ ਬੰਬ ਮਗਰ ਆ ਗਈ ਆ ਗਈ ਆ ਗਈ ਆ ਗਈ ਓ ਮਾਈ ਗੋਡ ਆਏ ਕੰਨ ਪਾੜਦੇ ਹੀ ਬਸ ਕਰ ਗਏ ਕੀ ਹੋਇਆ ਕੰਨਾਂ ਨੂੰ ਬੜਾ ਸ਼ੋਰ ਮੱਚ
ਸ਼ੋਰ ਵੱਜਾ ਆਂਦਾ ਨਾ ਮੇਸਤ ਗੰਦ ਨਾ ਮਈਆ ਗੰਦੀ ਥਾਂ ਨਹੀਂ ਵਧੀਆ ਓਏ ਲਾਪਰੀ ਮੈਂ ਤੈਨੂੰ ਗੱਲ ਦੱਸਾਂ ਓਏ ਐਵੇਂ ਵੇਸਟ ਆ ਹੁੰਡ ਹੈ ਨਾ ਚਲਾ ਨਿੱਕੀ ਜਿੰਨੀ ਨਿੱਕੀ ਓਨੀ ਤਿੱਖੀ ਹਾਂ ਉਹਨੂੰ ਬੰਬ ਦਈ ਜਾਂਦਾ ਦਿਨੇ ਹੀ ਉਹ ਚਲਾਈ ਜਾਂਦਾ ਵਾ ਤੇ ਭੋਰਾ ਨੀ ਮਜ਼ਾ ਆਉਣ ਡਿਆ ਦਿਨੇ ਕਿਉਂਕਿ ਉਹ ਕਿਹੜਾ ਚਮਕਦੇ ਦਿਖਦੇ ਆ ਰਾਤ ਨੂੰ ਹੀ ਹੁੰਦਾ ਵਾ ਅਸੀਂ ਲੈ ਚੱਲਿਆ ਹੁਣ ਛਾਪੇ ਮੈਂ ਟਰੈਕਟਰ ਰੈਡੀ ਆ ਅਸੀਂ ਟਰਾਲੀ ਤੇ ਚੜੇ ਹੋਏ ਆ ਵੀ ਚੱਕੇ ਇੱਥੇ ਦੇ ਮਜ਼ਾ ਬੜਾ ਆਉਂਦਾ ਪਿਆ ਇੱਥੇ ਆਏ ਹੁਣ ਛਾਪੇ ਛੁਪੇ ਲੈ ਕੇ ਚੱਲੇ ਟਰਾਲੀ ਭਰ ਕੇ ਲਿਜਾਣੀ ਆ ਆਵੇ ਅਸੀਂ ਲੈ ਕੇ ਆਏ ਹੁਣ ਸਾਰੇ ਜਿੰਨੇ ਵੀ ਉਹ ਉੱਥੋਂ ਤੱਕ ਛਾਪੇ ਨਾ ਇਹ ਟਰਾਲੀ 'ਚ ਲੱਦ ਲਾਂਗੇ ਓ ਸਾਨੂੰ ਕਿੰਨਾ ਡੈਡੀ ਟਾਈਮ ਲੱਗ ਗਿਆ ਹੋਊਗਾ ਭਰਨ 'ਤੇ ਡੇਢ ਘੰਟਾ ਲੱਗ ਗਿਆ ਅਤੇ ਐਨ ਪੂਰਾ ਸਾਹ ਚੜ੍ਹ ਗਿਆ ਦੇਖਣ ਨੂੰ ਜਿੰਨਾ ਸੌਖਾ ਲੱਗਦਾ ਹੋਊਗਾ ਤੁਹਾਨੂੰ ਪਤਾ ਨਹੀਂ ਔਖਾ ਬਾਕੀ ਬੜਾ ਔਖਾ ਸੀ ਭਰਨੀ ਟਰਾਲੀ ਬੜਾ ਟਾਈਮ ਲੱਗਾ ਬਾਕੀ ਇਹ ਅਸੀਂ ਛਾਂਗੇ ਆ ਆਵੇ ਆਹ ਜਿਹੜੇ ਸ਼ਪੈਦੇ ਇਹਨਾਂ ਪੱਤੇ ਜਵਾਬ ਡਿੱਗਦੇ ਸੀਗੇ ਛਾਂਗੇ ਆ ਵੱਡੇ ਨੀਗੇ ਮੈਨੂੰ ਵੀ ਨਹੀਂ ਵੱਢਣੇ ਪਸੰਦ ਛਾਂਗੇ ਆ ਪਰਾਂ ਡੇਕਾਂ ਵੀ ਬੜੀਆਂ ਸੀ ਉਹਨਾਂ ਦੇ ਉੱਪਰ ਉੱਪਰੋਂ ਛਾਂਗ 'ਤੇ ਤਾਂ ਵੇਖ ਲਓ ਭਰ ਹੀ ਗਈ ਟਰਾਲੀ ਹੁਣ ਆਪਾਂ ਕਰ ਦਈਏ ਵਲੋਗ ਦਾ ਐਂਡ ਕਾਫੀ ਹੋ ਗਿਆ ਮੇਰੇ ਹਿਸਾਬ ਨਾਲ ਅਤੇ ਅਗਲਾ ਵਲੋਗ ਫਿਰ ਅੱਜ ਹੀ ਪਾਵਾਂਗੇ ਰਾਤ ਨੂੰ ਅਤੇ ਗੁਰਪੁਰਬ ਮਨਾਵਾਂਗੇ ਰਾਤ ਨੂੰ ਟੱਕ ਲਿਆਵਾਂਗੇ ਆਹ ਦੇਖੋ ਆਹ ਬੜਾ ਖੁਸ਼ ਹੁਣ ਇਹਦੇ ਚੜ੍ਹ ਗਿਆ ਉਹਦੇ ਚੜ੍ਹ ਗਿਆ ਪੁੱਠਾ ਲਮਕ ਗਿਆ ਲੱਤ ਟੁੱਟੀਆਂ ਨਹੀਂ ਤੇਰੀ ਅਤੇ ਬਚ ਗਿਆ ਲੱਤ ਟੁੱਟਣ ਤੋਂ ਅਤੇ ਚਲੋ ਮਿਲਾਂਗੇ ਅਗਲੇ ਵਲੋਗ ਦੇ ਵਿੱਚ ਬਾਏ ਓ ਦੇਖੋ ਮਹਾਂ ਹੀ ਇੱਥੇ ਪੂਰਾ ਜ਼ੋਰ ਲੱਗਦਾ ਪਿਆ ਟਰੈਕਟਰ ਦਾ ਅਤੇ ਇੱਥੇ ਚੜ੍ਹ ਵੀ ਚੱਲਿਆ ਸੀਗਾ ਪੂਰਾ ਜ਼ੋਰ ਲੱਗ ਗਿਆ ਦੇਖੋ ਚੜ੍ਹਾਈ ਬਹੁਤ ਆ ਚੜ੍ਹਨਾ ਔਖਾ ਚੱਲ 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 ਨਹੀਂ ਹੁਣ ਮੈਨੇ ਆ ਚੜ੍ਹਦਾ ਕਿ ਨਹੀਂ ਚੱਲ 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 ਗਿਆ 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 ਇਹ ਖਤਰਨਾਕ ਚੜ੍ਹਾਈ ਬਹੁਤ ਆ ਇੱਥੇ ਤੁਹਾਨੂੰ ਪਤਾ ਨਹੀਂ ਲੱਗਦਾ ਹੁਣ ਹੈ ਬਹੁਤ ਆ ਚੜ੍ਹਾਈ ਓ ਦੇਖੋ ਇੰਨੀ ਉੱਚੀ ਚੜ੍ਹਾਈ ਚੜ੍ਹਾਉਣਾ ਔਖਾ ਹੀ ਆ ਸੌਖਾ ਨਹੀਂ ਕੰਮ ਚੱਲ 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 ਫਿਰ ਟਰਾਈ ਚੱਲ 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 ਚੜ੍ਹ ਗਿਆ ਚੜ੍ਹ ਗਿਆ ਚੜ੍ਹ ਗਿਆ ਚੜ੍ਹ ਗਿਆ ਈ ਰੋਡ 'ਤੇ ਆ ਕੇ ਚੜ੍ਹ ਗਿਆ ਚੱਲ ਚੱਲ ਵਜਨ ਹੀ ਬੜਾ ਸੀਗਾ ਸਾਨੂੰ ਲੱਦ ਦੇਣ ਬੜਾ ਟਾਈਮ ਹੋ ਗਿਆ ਸੀ